ਕਿਉਂ ਭਗਵਾਨ ਨੇ ਆਉਂਦਾ ਫਿਰ ਨਜ਼ਾਰਾ ਦੇਖ ਘੋੜੀ ਤੇ ਬਹਿਣ ਦਾ ਹਾਂਜੀ ਮੇਰਾ ਵੀ ਵਾਲਾ ਜੀ ਕਰਦਾ ਸੀ ਘੋੜੀ ਤੇ ਝਾਟੀ ਲੈਣ ਨੂੰ ਓ ਕੋਈ ਗੱਲ ਨਹੀਂ ਭਗਵਾਨ ਨੇ ਆਪਾਂ ਤੇਰਾ ਇੱਕ ਰੋਜ਼ ਖੇਤ ਨੂੰ ਢੇੜਾ ਲਵਾ ਦਿਆ ਕਰਾਂਗੇ ਘੋੜੀ ਤੇ ਠੀਕ ਹੈ ਜੀ ਹਾਂਜੀ ਦੇਖਿਓ ਆਪਣੀ ਘੋੜੀ ਬਾਲੀ ਸਿਆਣੀ ਆ ਪੋਰਾ ਨਿਲੱਤਾ ਮਾਰਦੀ ਤੂੰ ਸਿਆਣੀ ਦੀ ਗੱਲ ਕਰਦੀ ਆਂ ਭਗਵਾਨ ਨੇ ਤਾਂ ਬੜੀ ਕਰਮ ਵਾਲੀ ਘੋੜੀ ਆ ਨਾਲੇ ਇਹ ਬੋਲਣ ਵਾਲੀ ਘੋੜੀ ਆ ਐਸੀ ਵੈਸੀ ਘੋੜੀ ਨਹੀਂ ਹੈਗੀ ਹਾਂਜੀ ਮੈਂ ਤਾਂ ਤੁਹਾਨੂੰ ਐ ਕਹਿੰਦੀ ਸੀ ਵੀ ਜੇ ਮੈਂ ਆਪਣੇ ਕਲੀਨਿਕ ਤੇ ਘੋੜੀ ਤੇ ਹੀ ਵਗ ਜਾ ਕਰਾਂ ਨਾਲੇ ਆਪਣੇ ਪੈਟਰੋਲ ਦੀ ਬਚਤ ਹੋ ਜਾਇਆ ਕਰੂਗੀ ਹਾਂ ਹਾਂ ਭਗਵਾਨ ਨੇ ਅੱਜ ਕੀਤੀ ਆ ਤਾਂ ਗੱਲ ਅੱਜ ਆਮ ਆਦਮੀ ਪਾਰਟੀ ਵਾਲੀ ਐਂ ਚੱਲਣਾ ਪੈਣਾ ਹੁਣ ਤਾਂ ਆਪਾਂ ਨੂੰ ਬਚਤ ਕਰ ਕਰਕੇ ਹਾਂਜੀ ਹਾਂਜੀ ਮੈਂ ਵੀ ਤੁਹਾਨੂੰ ਐਂ ਕਹਿੰਦੀ ਸੀ ਕਿ ਭਾਈ ਮਹਿੰਗਾਈ ਬਾਲੀ ਹੋ ਗਈ ਹੁਣ ਖਰਚਾ ਤੁਸੀਂ ਵੀ ਨਾ ਥੋੜਾ ਘਰਿਆ ਕਰੋ ਲੈ ਤੂੰ ਖਰਚੇ ਦੀ ਗੱਲ ਕਰਦੀ ਆਂ ਭਗਵਾਨੇ ਮੈਂ ਤਾਂ ਸਾਬਣ ਦੀ ਹਫਤੇ ਬਾਅਦ ਹੀ ਲਾਉਣਾ ਹੁਣ ਸਬ ਤੇ ਤੇਲ ਲਾਉਣਾ ਮੈਨੇ ਉਹ ਬੰਦ ਕਰਤਾ ਵੀ ਚਲ ਪੱਗ ਤਾਂ ਬੰਨਣੀ ਹੁੰਦੀ ਆ ਤੇਲ ਨੂੰ ਕੀ ਆ ਬਸ ਥੋੜਾ ਇੱਕ ਦੋ ਕਤਬ ਕੇ ਦਾੜੀ ਤੇ ਜਰੂਰ ਲਾ ਲਈ ਦੇਨੇ ਭਗਵਾਨੇ ਅੱਛੇ ਜੀ ਮੈਂ ਤੁਹਾਨੂੰ ਨਾ ਇੱਕ ਗੱਲ ਪੁੱਛਣੀ ਸੀ ਬਈ ਸਰਕਾਰ ਨੇ ਵੋਟ ਪਾਉਣ ਦੀ ਉਮਰ ਤਾਂ 18 ਸਾਲ ਰੱਖੀ ਹੋਈ ਐ ਤੇ ਵਿਆਹ ਕਰਾਉਣ ਦੀ ਉਮਰ 21 ਸਾਲ ਰੱਖੀ ਹੋਈ ਐ ਇਹ ਕੀ ਗੱਲ ਆ ਭਰਾ ਓਏ ਇਹ ਤਾਂ ਕਾਨੂੰਨ ਭਗਵਾਨ ਨੇ ਤਾਂ ਬਣਾਇਆ ਸਰਕਾਰ ਨੇ ਬਈ ਸਰਕਾਰ ਨੂੰ ਪਤਾ ਸੀ ਬਈ ਜਨਾਨੀ ਸਾਹਮਣੀ ਮੁਲਕ ਸਾਹਮਣ ਤੋਂ ਬਾਤਾਂ ਕੀ ਆ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ